ਸਤਿ ਸ਼੍ਰੀ ਅਕਾਲ ਜੀ, ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਵੀਰੋ ਆਪਾਂ ਗੱਲ ਕਰਦੇ ਹਾਂ, ਇਹ ਇੱਕ ਵੀਰ ਨਾਲ ਮੈਂ ਜੁੜਿਆ ਸੀ, ਉਸ ਵੀਰ ਨੇ ਉਹ ਆਪ ਤੇ ਜੋਬ ਕਰਦੇ ਆ ਵਧੀਆ, ਤੇ ਨਾਲ ਖੇਤੀ ਆ ਉਹਨਾਂ ਦੀ, ਤੇ ਖੇਤੀ ਇੰਨੇ ਕੁ ਬਾਈ ਜੀ ਚਾਅ ਨਾਲ ਕਰਦੇ ਨੇ ਉਹ, ਬਾਈ ਇੰਨੇ ਕੁ ਚਾਅ ਨਾਲ ਖੇਤੀ ਕਰਦੇ ਨੇ ਕਿ ਜਿਹੜਾ ਬੰਦਾ ਟੋਟਲੀ ਜਿਹੜਾ ਡਿਪੈਂਡ ਹੁੰਦਾ ਨਾ, ਟੋਟਲੀ ਡਿਪੈਂਡ ਹੁੰਦਾ ਜਿਹੜਾ ਖੇਤੀ ਤੇ, ਉਹ ਵੀ ਇੰਨਾ ਖਿਆਲ ਨਹੀਂ ਰੱਖਦਾ ਖੇਤੀ ਕਰਨ ਦਾ, ਇੰਨਾ ਸ਼ੌਂਕ ਜਾਂ ਇੰਨਾ ਜਜ਼ਬਾ ਦਿਲ ਵਿੱਚ ਨਹੀਂ ਰੱਖਦਾ ਜਿੰਨਾ ਇਹ ਬਾਈ ਰੱਖਦਾ। ਪਿੰਡ ਆਪਣੇ ਦੇ ਵਿੱਚੋਂ, ਮਤਲਬ ਮੇਰਾ ਪਿੰਡ ਹੋਰ ਆ, ਉਹਨਾਂ ਦਾ ਪਿੰਡ ਆਪਣੇ ਨਾਲ ਲੱਗਦਾ, ਪਿੰਡ ਆਪਣੇ ਦੇ ਵਿੱਚੋਂ ਬਾਈ ਜੀ ਉਹਨਾਂ ਨੇ ਜਿਹੜੀ ਵੀ ਜੇ ਮਲਚਿੰਗ ਵਾਲੀ ਕਣਕ ਹੈ ਉਹਦੇ ਵੀ, ਜੇ ਆਪਣੇ ਸਿੱਧੀ ਬਿਜਾਈ ਹੈ ਉਹ ਵੀ, ਸਾਰੇ ਪਿੰਡ 'ਚ ਜੇ ਕਿਸੇ ਕਿਸਾਨ ਦਾ ਹੌਸਲਾ ਵੱਧਦਾ ਦਾ ਤਾਂ ਉਹਨਾਂ ਵੱਲ ਦੇਖ ਕੇ ਵੱਧਦਾ, ਕੋਈ ਵੀ ਹੋਰ ਇੰਨਾ ਜੋਖਿਮ ਨਹੀਂ ਚੁੱਕਦਾ, ਭਾਵੇਂ ਕੋਈ 2 ਕਨਾਲਾਂ ਵਾਲਾ ਹੋਏ ਅਤੇ ਭਾਵੇਂ ਕੋਈ 10 ਕਿੱਲਿਆਂ ਵਾਲਾ ਹੋਏ ਅਤੇ ਭਾਵੇਂ 20 ਕਿੱਲਿਆਂ ਵਾਲਾ ਹੋਏ, ਕੋਈ ਵੀ ਇੰਨਾ ਜੋਖਿਮ ਨਹੀਂ ਚੁੱਕਦਾ ਜਿੰਨਾ ਇਹ ਬਾਈ ਚੁੱਕਦਾ ਆ ਜੋਖਿਮ। ਅਤੇ ਇਹ ਵੀ ਨਹੀਂ ਕਿ ਕਦੀ ਇਹਨਾਂ ਦਾ ਚੁੱਕਿਆ ਜੋਖਿਮ ਕਦੀ ਫੇਲ ਹੋ ਜੇ, ਜਾਂ ਇਹਨਾਂ ਦਾ ਕੀਤਾ ਤਜਰਬਾ ਕਦੀ ਫੇਲ ਹੋ ਜੇ, ਇੱਦਾਂ ਨਹੀਂ ਹੋ ਸਕਦਾ, ਇੱਦਾਂ ਹੁੰਦਾ ਹੀ ਨਹੀਂ ਆ। ਆਹ ਦੇਖੋ ਬਾਈ ਜੀ, ਇਹ ਸਿੱਧੀ ਬਿਜਾਈ ਸੀ ਪਿਛਲੀ ਵਾਰੀ ਵੀ, ਇਹੋ ਖੇਤ ਵਿੱਚ ਇਹ 2.5 ਕਿੱਲੇ ਦਾ ਖੇਤ ਆ ਇਹਨਾਂ ਦਾ ਸਾਰਾ ਚੋਰਸ, ਅਤੇ ਪਹਿਲਾਂ ਇੱਥੇ ਜਨਰੇਟਰ ਵਰਤਦੇ ਰਹੇ ਸੀ ਜਾਂ ਇੰਜਣ ਵਰਤਦੇ ਰਹੇ ਸੀ, ਹੁਣ ਇਹਨਾਂ ਨੇ 3 ਕੁ ਸਾਲ ਹੋ ਗਏ ਸਮਰਸੀਬਲ ਲੱਗ ਗਏ ਦਾ, ਇਹ ਸਮਰਸੀਬਲ ਬੋਰ ਅਤੇ ਆਪਣਾ ਸੋਲਰ ਅਤੇ ਬੋਰ ਚੱਲਦਾ ਵਾ, 3 ਦੀ ਮੋਟਰ ਆ 2.5 ਕਿੱਲਿਆਂ ਵਾਲੀ, ਬਹੁਤ ਆ ਆਪਣੇ ਅਤੇ ਵਧੀਆ, ਮਤਲਬ ਕਿ ਜਿਹਨੂੰ ਕਹਿੰਦੇ ਆ ਕਿ ਇਹਨਾਂ ਦਾ ਇੱਥੇ ਪਾਣੀ ਦਾ ਮਤਲਬ ਵਧੀਆ ਜੁਗਾੜ ਆ, ਕੱਦੂ ਇਹ ਵੀ ਨਹੀਂ ਆਪਾਂ ਕਹਿ ਸਕਦੇ ਕਿ ਇਹਨਾਂ ਦਾ ਪਾਣੀ ਇੰਜਨ ਦਾ ਆ, ਅਤੇ ਤਾਂ ਕਰਕੇ ਇਹਨਾਂ ਨੇ ਮਤਲਬ ਜਾਂ ਇਹਨਾਂ ਦਾ ਪਾਣੀ ਮੁੱਲ ਦਾ ਆ ਜਿਹਨੂੰ ਆਪਾਂ ਕਹਿ ਦਈਦਾ, ਕਿ ਤਾਂ ਕਰਕੇ ਸਿੱਧੀ ਬਿਜਾਈ ਕਰਦੇ ਆ। ਨਹੀਂ ਜੀ, ਐਵੇਂ ਦੀ ਕੋਈ ਗੱਲ ਨਹੀਂ ਆ, ਮੈਂ ਤੁਹਾਨੂੰ ਪੂਰਾ ਹੁਣ ਦੱਸਦਾ ਆ। ਇਹਨਾਂ ਨੇ ਮਲਚਿੰਗ ਵਾਲੀ ਕਣਕ ਵੀ, ਹੁਣ ਵੀ ਇਸ ਖੇਤ 'ਚ ਮਲਚਿੰਗ ਵਾਲੀ ਕਣਕ ਬੀਜਣੀ ਸੀ, ਪਰ ਇਹਨਾਂ ਨੂੰ ਅਚਾਨਕ ਇਹਨਾਂ ਨੂੰ ਰੂੜੀ ਮਿਲ ਗਈ ਆਪਣੇ ਗੁੱਜਰ ਭਾਈਚਾਰੇ ਕੋਲੋਂ, ਉਹਨਾਂ ਕੋਲੋਂ ਰੂੜੀ ਮਿਲ ਗਈ, ਅਤੇ ਇਹਨਾਂ ਨੇ ਜੇ ਰੂੜੀ ਨਾ ਪਾਉਂਦੇ ਤਾਂ ਉਹ ਖਰਾਬ ਹੋ ਜਾਣੀ ਸੀ ਡੰਗਰਾਂ ਦੀ, ਅਤੇ ਇਸ ਕਰਕੇ ਇਹਨਾਂ ਨੇ ਰੂੜੀ ਪਾਣੀ ਸੀ ਜਿਹਦੇ ਕਾਰਨ ਇੱਥੇ ਮਲਚਿੰਗ ਵਾਲੀ ਕਣਕ ਨਹੀਂ ਬੀਜੀ। ਬਾਈ ਜੀ ਨਾਲ ਆਪਣੇ ਨੌਕਰੀ ਵੀ ਕਰਦੇ ਆ, ਅਤੇ ਉਹ ਖਿਆਲ ਨੌਕਰੀ ਨਾਲੋਂ ਜ਼ਿਆਦਾ ਖੇਤੀ ਬਹੁਤ ਚਾਓ ਨਾਲ ਕਰਦੇ ਆ, ਅਤੇ ਜਿਹੜਾ ਕੋਈ ਆਪਣੇ ਬਾਣੀਆਂ ਆ ਜਾਂ ਆਪਣੇ ਕੋਈ ਦੁਕਾਨ ਵਾਲਾ ਆ, ਕੋਈ ਕੁਛ ਆ, ਉਹਨਾਂ ਨੇ ਆਪਣਾ ਟੋਟਲੀ ਡਿਪੈਂਡ ਹੋ ਜਾਂਦੇ ਆ। ਆਪਾਂ ਖੇਤੀ ਕਣਕ ਵੱਢ ਕੇ, ਝੋਨਾ ਵੱਢ ਕੇ ਜਦੋਂ ਮੰਡੀ ਆਪਾਂ ਗਈ ਤਾਂ ਆਪਾਂ ਸਿੱਟਤਾ ਜਾਂ ਇਹ ਕਰਤਾ ਜਾਂ ਉਹ ਕਰਤਾ, ਚਲੋ ਗਲਤੀ ਇਹ ਪੁਰਾਣੀ ਹੈ ਜਿਹੜੀ ਮੈਂ ਕਰ ਰਿਹਾ, ਪਰ ਨਹੀਂ ਆਪਣੇ ਸ਼ਰਮ ਮਾਨੀ ਦਾ ਆਪਾਂ ਕਿ ਜੇ ਆਪਾਂ ਪਿੰਡ ਨਾਲੋਂ ਅਲੱਗ ਕੀਤਾ, ਕੋਈ ਇੰਨਾ ਨਾ ਮਿਹਣਾ ਮਾਰ ਦੇ ਕਿ ਆਪਣੀ 5-7 ਕਿੱਲੇ ਵਾਲਾ ਵੇਖ ਕਿੱਦਾਂ ਜ਼ਮੀਨ ਜੇ ਹੈ, 2 ਕਿੱਲੇ 4 ਕਿੱਲੇ 5 ਕਿੱਲੇ 7 ਕਿੱਲੇ, ਅਤੇ ਕਿੱਦਾਂ ਮਤਲਬ ਬਹੁਤਾ ਵੱਡਾ ਰਾਜਾ ਬਣਦਾ, ਆਪਾਂ ਨੂੰ ਬਸ ਇਹੋ ਸ਼ਰਮ ਮਾਰਦੀ ਆ। ਅਤੇ ਇਹ ਬਾਈ ਬੜੀ ਹੈਲਪ ਕਰ ਰਿਹਾ ਲੋਕਾਂ ਦੀ, ਹੈਲਪ ਐਵੇਂ ਕਰ ਰਿਹਾ ਕਿ ਇਹ ਫ੍ਰੀ ਦੇ ਵਿੱਚ ਤਜਰਬਾ ਕਰ ਕਰਕੇ ਕਿਸਾਨਾਂ ਨੂੰ ਦੇ ਰਿਹਾ ਕਿ ਇਹ ਵੀ ਕੰਮ ਹੋ ਸਕਦਾ ਆ, ਇਹ ਵੀ ਨਹੀਂ ਤਾਂ ਇਹਨਾਂ ਨੂੰ ਕੀ ਲੋੜ ਆ, ਇੱਕ ਦਿਨ ਚਾਹਣ ਬਿਜਾਈ ਕਰ ਦੇਣ, ਕੱਦੂ ਕਰਵਾ ਕੇ, ਟਰੈਕਟਰ ਟਰੂਟਰ ਸਭ ਕੁਝ ਕੋਲ ਆ ਅਤੇ ਸਾਰੇ ਕੰਮ ਕਰ ਸਕਦੇ ਆ, ਪਰ ਨਹੀਂ ਇਹ ਇੱਦਾਂ ਨਹੀਂ ਸੋਚਦੇ। ਇਹਨਾਂ ਦਾ ਇਹੋ ਆ ਕਿ ਮੈਂ ਆਪਣੇ ਕਿਸਾਨਾਂ ਨੂੰ ਕਰਕੇ ਦੱਸਾਂ ਅਤੇ ਉਹ ਅੱਗੇ ਜਿਹਦੇ ਕਾਰਨ ਉਹ ਆਪਣੇ ਖੇਤ ਵਿੱਚ ਉਹਨਾਂ ਨੂੰ ਟਾਈਮ ਨਾ ਵੇਸਟ ਕਰਨਾ ਪਏ। ਇੱਥੇ ਉਹ ਵਰਾਇਟੀਆਂ ਵੀ, ਹਰ ਇੱਕ ਵਰਾਇਟੀ ਵੀ ਵਰਤ ਦਿੰਦੇ ਆ। ਇੱਥੇ ਆਪਣੇ ਬਾਈ ਜੀ ਲੱਗੀ ਸੀ PR 127,
ਤੇ ਆ ਤੁਸੀਂ ਦੇਖ ਸਕਦੇ ਹੋ ਬੂਝਾ ਵੀ ਇਹਨੇ ਝੋਨੇ ਨੇ ਚੰਗਾ ਮਾਰਿਆ ਸੀ ਤੇ ਜਿਹੜਾ ਇਹਦਾ ਝਾੜ ਆਇਆ ਝਾੜ ਬਾਈ ਜੀ ਇਹ ਝੋਨੇ 'ਚੋਂ 28 ਕੁਇੰਟਲ ਦਾ ਝਾੜ ਆਇਆ। ਆਪਾਂ ਜੇ ਇਹ ਨਹੀਂ ਆਪਾਂ ਕਦੀ ਵੀ ਸੋਚੋ ਜਦੋਂ ਸਗੋਂ ਇੰਜਣ ਦਾ ਪਾਣੀ ਸੀ ਤਾਂ ਇਹ ਕੱਦੂ ਦਾ ਕੱਦੂ ਵਾਲਾ ਝੋਨਾ ਲਾਉਂਦੇ ਸੀ ਉਦੋਂ ਇੰਨਾ ਕੁ ਮਤਲਬ ਸਿੱਧੀ ਬਿਜਾਈ ਕਰਦੇ ਹੀ ਕੀਤੀ ਸੀ ਇਹਨਾਂ ਨੇ ਅੱਜ ਤੋਂ ਬੜੇ ਚਿਰ ਦੀ ਕਰ ਰਹੇ ਆ ਅਤੇ ਹਰ ਸਾਲ ਕਾਮਯਾਬੀ ਪਾ ਰਹੇ ਆ। ਚਲੋ ਪਰ ਆਹ ਤੁਸੀਂ ਦੇਖੋ ਸੋਲਰ ਲੱਗਿਆ ਖੇਤ 'ਚ ਆਹ ਮੋਟਰ ਲੱਗੀ ਦੀ ਆ ਅਤੇ ਅੰਡਰਗਰਾਊਂਡ ਪਾਈਪਾਂ ਪਈ ਦੀਆਂ ਉੱਥੋਂ ਤੱਕ ਸਭ ਕੁਝ ਹੋਏਦਾ ਵਾ। ਪਰ ਇਹ ਨਹੀਂ ਸੋਚਦੇ ਕਿ ਆਪਾਂ ਨੇ ਇਹ ਮਤਲਬ ਕਿ ਪਾਣੀ ਨਹੀਂ ਤਾਂ ਆਪਣੇ ਕਿਸਾਨ ਇਹ ਕੀ ਕਰਦੇ ਆ ਕਿ ਜਿੱਥੇ ਇੰਜਣ ਦਾ ਪਾਣੀ ਹੈ ਜਾਂ ਇੱਦਾਂ ਉੱਥੇ ਸੋਚੀ ਦਾ ਸਿੱਧੀ ਬਿਜਾਈ ਕਰ ਦਈਏ ਜਾਂ ਇੱਦਾਂ। ਪਰ ਕਈ ਕੰਡੀਸ਼ਨ ਇੱਦਾਂ ਦੀ ਆਉਂਦੀ ਹੈ ਕਿ ਇਹਦੇ ਵਿੱਚ ਵੀ ਪਾਣੀ ਕਈ ਵਾਰੀ ਖਿਲਾਰਨਾ ਪੈਂਦਾ ਝੋਨੇ ਦੇ ਵਿੱਚ ਸਿੱਧੀ ਬਿਜਾਈ ਵਾਲੇ 'ਚ ਵੀ। ਅਤੇ ਆਹ ਤੁਸੀਂ ਦੇਖੋ ਆਪਾਂ ਤੇੜਾਂ ਕਿੱਦਾਂ ਪਾਟੀਆਂ ਹੁੰਦੀਆਂ ਆਪਣੀ ਜ਼ਮੀਨ ਦੇ ਵਿੱਚ ਕੱਦੂ ਵਾਲੇ ਦੇ ਵਿੱਚ, ਇਹ 'ਚ ਕੋਈ ਤੇੜ ਲੱਭ ਕੇ ਦਿਖਾਓ। ਕੋਈ ਤੇੜ ਨਹੀਂ ਹੈ, ਕੋਈ ਕੁਛ ਨਹੀਂ ਹੈ। ਆਣ ਦੇਖੋ ਤੁਸੀਂ ਕਿਤੇ ਤੇੜ ਹੋਏ, ਹੋ ਹੀ ਨਹੀਂ ਸਕਦਾ ਇੱਦਾਂ ਕਿ ਪੈਲੀ ਵਿੱਚ ਤੇੜ ਹੋਏ। ਕੋਈ ਤੇੜ ਨਹੀਂ ਹੈ ਪਾਟੀ। ਇਹ 28 29 ਕੁਇੰਟਲ ਲਾਗੇ ਝੋਨਾ ਇਹ ਝੜ ਗਿਆ ਸੀ ਸਾਰਾ, ਅਤੇ ਇਹਨਾਂ ਨੇ ਕੋਈ ਇੱਥੇ ਸਪਰੇਅ ਨਹੀਂ ਸੀ ਹੋਈ, ਕੁਛ ਵੀ ਕੋਈ ਬਿਮਾਰੀ ਨਹੀਂ ਸੀ ਆਈ। ਅਤੇ ਝੋਨਾ ਬਾਕੀਆਂ ਨਾਲੋਂ ਹੋ ਵੀ 10 ਦਿਨ ਪਹਿਲਾਂ ਗਿਆ ਸੀ ਅਤੇ PR 127 ਬੀਜ ਲੱਗਾ ਸੀ। ਅਤੇ ਇਹ ਨਾ ਕਦੀ ਵੀ ਸੋਚੋ ਕਿ ਸਾਡੇ 'ਤੇ ਮੋਟਰ ਆ ਜੇ ਸਿੱਧੀ ਬਿਜਾਈ ਕਰਨੀ ਆ ਆਪਾਂ ਨੂੰ ਪਾਣੀ ਦੀ ਕਾਹਦਾ ਬਾਈ ਜੀ, ਆਪਾਂ ਨੂੰ ਥੱਲੇ ਆਪਣੀ ਧਰਤੀ ਇਹ ਆਪਣੀ ਆ, ਆਪਾਂ ਨਾ ਰਵਾਂਗੇ ਆਪਣੀ ਵਾਰੀ ਵਧੀਆ ਰਹੇਗਾ, ਅੱਗੇ ਬੱਚੇ ਵੀ ਆਪਣੇ ਹੋਣੇ ਆ, ਸਭ ਕੁਝ ਹੋਣੇ ਆ, ਆਪਾਂ ਉਹਨਾਂ ਲਈ ਕੀ ਛੱਡ ਕੇ ਜਾ ਰਹੇ ਹਾਂ? ਬਿਮਾਰੀਆਂ, ਸਪਰੇਹਾਂ, ਰੇਹਾਂ, ਇਹ ਅੱਗੇ ਆਪਣਾ ਕਿਵੇਂ ਗੁਜ਼ਾਰਾ ਹੋਊਗਾ? ਆਹ ਸੋਲਰ ਲੱਗਾ, ਸਭ ਕੁਝ ਆ। ਆਹ ਤੁਸੀਂ ਦੇਖੋ ਇਹ ਰੂੜੀ ਐਰਕੀ ਇਹਨਾਂ ਨੇ ਪਾਲੀ ਆ, ਇਹ ਕੋਈ ਸਪਰੇਅ ਨਹੀਂ ਇਹਨਾਂ ਨੇ ਕਰਨੀ ਹੁੰਦੀ। ਇਹ ਥੋੜ੍ਹੀ ਜਿਹੀ ਇਹ ਜਿਹੜੀ ਜ਼ਮੀਨ ਆ ਇਹ ਰੇਸਲੀ ਆ ਥੋੜ੍ਹੀ ਜਿਹੀ, ਅਤੇ ਬਾਕੀ ਆਪਣੇ ਤੁਸੀਂ ਦੇਖ ਸਕਦੇ ਹੋ। ਸੋ ਵੀਡੀਓ ਮੇਰਾ ਬਣਾਉਣ ਦਾ ਇਹ ਮਕਸਦ ਸੀ ਕਿ ਇੰਨੇ ਕੁ ਚਾਓ ਨਾਲ ਖੇਤੀ ਕਰੋ ਆਪਣੀ, ਕਿ ਜ਼ਰੂਰੀ ਨਹੀਂ ਕਿ ਹਾਂ ਵੀ ਹਾਂ ਆਪਣਾ ਬਾਹਰ ਦਾ ਵੀ ਰੱਖੋ, ਕੋਈ ਹੋਰ ਸਾਧਨ ਵੀ ਆਮਦਨ ਬਣਾ ਕੇ ਰੱਖੋ, ਪਰ ਜੇ ਆਪਾਂ ਟੋਟਲੀ ਡਿਪੈਂਡ ਵੀ ਖੇਤੀ 'ਤੇ ਹੋ ਜਾਵਾਂਗੇ ਤਾਂ ਖੇਤੀ ਆਪਣੀ ਦਿਮਾਗ ਨਾਲ, ਖੇਤੀ ਕਦੀ ਪੈਸੇ ਨਾਲ ਨਹੀਂ ਹੁੰਦੀ, ਖੇਤੀ ਆਪਣੇ ਦਿਮਾਗ ਨਾਲ ਹੁੰਦੀ ਆ ਕਿ ਕਿਹੜੇ ਟਾਈਮ ਆਪਣੀ ਜ਼ਮੀਨ ਨੂੰ ਕਿਹੜੀ ਚੀਜ਼ ਦੀ ਲੋੜ ਆ। ਹੁਣ ਇਹਨਾਂ ਨੂੰ ਕਮਜ਼ੋਰ ਲੱਗ ਰਹੀ ਸੀ ਪੈਲੀ, ਇਹਨਾਂ ਨੇ ਹੁਣ ਰੇਪ